ਘੱਲੂਘਾਰਾ ਜੂਨ 1984 ਦੀ 40ਵੀਂ ਵਰ੍ਹੇਗੰਢ ਅਤੇ ਡਾਕਟਰ ਰਣਜੀਤ ਸਿੰਘ ਦੀ ਯਾਦ ਵਿੱਚ ਕਰਵਾਏ ਗਏ ਸਮਾਗਮ। ਘੱਲੂਘਾਰਾ ਜੂਨ 84 ਦੀ 40ਵੀਂ ਵਰ੍ਹੇਗੰਢ ਮੌਕੇ ਓਟਵਾ ਵਿਖੇ ਸਿੱਖ ਸੰਗਤਾਂ ਵੱਲੋਂ ਕੈਨੇਡੀਅਨ ਪਾਰਲੀਮੈਂਟ ਸਾਹਮਣੇ ਕੱਢੀ ਗਈ ਖਾਲਿਸਤਾਨ ਰੈਲੀ। ਪੰਜ ਸਿੰਘ ਸਾਹਿਬਾਨਾਂ ਵੱਲੋਂ ਸਿੱਖ ਸੰਗਤਾਂ ਨੂੰ 4 ਜੂਨ ਤੋਂ 6 ਜੂਨ ਤੱਕ ਕਾਲੀਆਂ ਪੱਗਾਂ ਅਤੇ ਕਾਲੀਆਂ ਚੁੰਨੀਆਂ ਲੈ ਕੇ ਰੋਸ ਜ਼ਾਹਰ ਕਰਨ ਦੀ ਅਪੀਲ। ਘੱਲੂਘਾਰਾ ਜੂਨ 84 ਦੀ 40ਵੀਂ ਵਰ੍ਹੇਗੰਢ ਨੂੰ ਸਮਰਪਿਤ ਸਮਾਗਮ ਗੁਰਦੁਆਰਾ ਸਿੰਘ ਸਭਾ ਟੈਕਸਸ ਵਿਖੇ ਕਰਵਾਏ ਗਏ, ਜਿਸ ਵਿੱਚ ਵੱਖੋ ਵੱਖ ਬੁਲਾਰਿਆਂ ਨੇ ਕੌਮੀ ਸੰਘਰਸ਼ ਬਾਰੇ ਆਪਣੇ ਵਿਚਾਰ ਰੱਖੇ। ਖਾਲਿਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਨੇ ਖਾਸ ਤੌਰ 'ਤੇ ਇਸ ਪ੍ਰੋਗਰਾਮ ਵਿੱਚ ਸ਼ਮੂਲੀਅਤ ਕੀਤੀ ਅਤੇ ਚੱਲ ਰਹੇ ਕੌਮ ਦੇ ਆਜ਼ਾਦੀ ਸੰਘਰਸ਼ ਬਾਰੇ ਸੰਗਤਾਂ ਦੇ ਨਾਲ ਵਿਚਾਰ ਸਾਂਝੇ ਕੀਤੇ। ਸਮਾਗਮ ਦੌਰਾਨ ਅੰਮ੍ਰਿਤ ਸੰਚਾਰ ਕਰਵਾਇਆ ਗਿਆ ਅਤੇ ਨਿਸ਼ਾਨ ਸਾਹਿਬ ਦੀ ਸੇਵਾ ਕੀਤੀ ਗਈ। ਇਸ ਦੇ ਨਾਲ ਹੀ ਪੰਥਕ ਸੇਵਾਦਾਰ ਡਾਕਟਰ ਰਣਜੀਤ ਸਿੰਘ ਦੀ ਯਾਦ ਵਿੱਚ ਅਖੰਡ ਪਾਠ ਸਾਹਿਬ ਆਰੰਭ ਹੋਏ ਸਨ, ਉਹਨਾਂ ਦੇ ਭੋਗ ਵੀ ਪਾਏ ਗਏ। ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਹੁੰਦੀ ਹੈ 1606 ਦੇ ਵਿੱਚ, ਫਿਰ ਅਕਾਲ ਤਖ਼ਤ ਤੇ ਹਰਿਮੰਦਰ ਦੇ ਵਿਚਾਲੇ ਦੋ ਨਿਸ਼ਾਨ ਸਾਹਿਬ, ਜਿਨ੍ਹਾਂ ਨੂੰ ਅੱਜ ਵੀ ਅਸੀਂ ਜਦੋਂ ਮੀਰੀ ਤੇ ਪੀਰੀ ਦੇ ਨਿਸ਼ਾਨਾਂ ਦੇ ਤੌਰ ਤੇ ਜਿਹੜੀ ਹੈ ਉਹ ਯਾਦ ਕਰਦੇ ਹਾਂ, ਉਹਨਾਂ ਦਾ ਰੰਗ ਕੇਸਰੀ ਦੇ ਵਿੱਚ ਬਦਲ ਜਾਂਦਾ ਹੈ, ਕਿਉਂਕਿ ਇਹ ਫਿਰ ਸ਼ਹਾਦਤ ਦੇ ਸਫ਼ਰ ਦੀ ਗੱਲ ਸ਼ੁਰੂ ਹੁੰਦੀ ਹੈ। ਸ਼ਹੀਦਾਂ ਦੇ ਸਰਤਾਜ ਨੇ ਉਹ ਕ੍ਰਾਈਟੇਰੀਆ ਰੱਖ ਦਿੱਤਾ। ਜਦੋਂ ਅਸੀਂ ਗੁਰੂ ਨਾਨਕ ਸਾਹਿਬ ਦੀ ਬਾਣੀ 'ਚ ਉਹਨਾਂ ਸਾਰੇ ਐਲੀਮੈਂਟਸ ਨੂੰ ਦੇਖਦੇ ਹਾਂ ਜਿਹੜੇ ਰਾਜ ਨਾਲ ਜੁੜੇ ਹੋਏ ਨੇ, ਅਕਸਰ ਮੈਂ ਇਹ ਗੁਰਬਾਣੀ ਦਾ ਫਰਮਾਨ ਦੁਹਰਾਉਂਦਾ ਕਿ ਨਾਨਕ ਰਾਜ ਚਲਾਇਆ ਸੱਚ ਕੋਟ ਸਤਾਣੀ ਨੀਮ ਦੇ, ਕਿ ਜਿਹੜਾ ਰਾਜ ਗੁਰੂ ਨਾਨਕ ਸਾਹਿਬ ਨੇ ਐਸਟੈਬਲਿਸ਼ ਕੀਤਾ ਸੱਚ ਦਾ ਕਿਲਾ, ਹੁਣ ਸੱਚ ਦੇ ਦੁਆਲੇ ਹੀ ਸਭ ਕੁਛ ਘੁੰਮਦਾ। ਜੇ ਅਸੀਂ ਖਾਲਿਸਤਾਨ ਦੀ ਗੱਲ ਕਰਦੇ ਹਾਂ ਜਾਂ 40 ਸਾਲ ਦੇ ਸਾਡੇ ਸੰਘਰਸ਼ ਦੀ ਗੱਲ ਹੈ ਜਾਂ ਦਿੱਲੀ ਤਖ਼ਤ ਦੇ ਨਾਲ ਉਦੋਂ ਸਾਡੀ ਟੱਕਰ ਸੀ ਜਹਾਂਗੀਰ ਵੇਲੇ ਤੇ ਅੱਜ ਵੀ, ਔਰ ਤੁਸੀਂ ਦੇਖੋ ਕਿਵੇਂ ਲਫ਼ਜ਼ ਕੌਂਟਰੇਰੀ ਨੇ। ਜਹਾਂਗੀਰ ਜਿਹੜਾ ਆਰਡਰ ਕਰਦਾ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਨੂੰ, ਚੰਦੂ ਫੈਸਿਲੀਟੇਟਿੰਗ ਫੈਕਟਰ ਹੈ, ਸਾਜ਼ਿਸ਼ੀ ਬ੍ਰਾਹਮਣਵਾਦ ਨਾਲ ਨਾਲ ਹੈ, ਹੁਣ ਉਸ ਦੇ ਸਬੂਤ ਤੌਜ ਕੇ ਜਹਾਂਗੀਰੀ ਜਿਹੜੀ ਬਾਇਓਗ੍ਰਾਫੀ ਹੈ ਜਹਾਂਗੀਰ ਦੀ, ਜਿਸ ਨੂੰ ਜਦੋਂ ਸਾਡੇ ਪਰਸ਼ੀਅਨ ਫਾਰਸੀ ਪੜ੍ਹਨ ਵਾਲੇ ਸਕਾਲਰ ਡਾਕਟਰ ਗੰਡਾ ਸਿੰਘ ਜਾਂ ਸਰਦਾਰ ਕਪੂਰ ਸਿੰਘ, ਜਿਨ੍ਹਾਂ ਨੇ ਓਰੀਜਨਲ ਰਿਸਰਚ ਕੀਤੀ, ਉਹਨਾਂ ਨੇ ਕੱਢਿਆ ਤੇ ਤੌਜ਼ਕੇ ਜਹਾਂਗੀਰੀ 'ਚ ਜਹਾਂਗੀਰ ਖੁਦ ਇਕਬਾਲ ਕਰਦਾ ਕਿ ਭਾਈ ਇਸ ਨੂੰ ਗੁਰੂ ਨਾਨਕ ਦੇ ਘਰ ਨੂੰ, ਉਹ ਫਾਰਸੀ ਦੇ ਵਿੱਚ ਲਫ਼ਜ਼ ਕਹਿੰਦਾ ਕਿ ਦੁਕਾਨੇ ਬਾਤਿਲ, ਇਹ ਝੂਠ ਦੀ ਦੁਕਾਨ, ਜਿਹਦੇ 'ਚ ਉਹ ਪੂਰਾ ਬਿਆਨ ਕਰਦਾ ਕਿ ਗੋਇੰਦਵਾਲ ਦੇ ਕੰਢੇ ਗੁਰੂ ਅਰਜਨ ਸਾਹਿਬ ਨੂੰ ਰੈਫਰ ਕਰਕੇ ਪੀਰਾਂ ਫਕੀਰਾਂ ਦੇ ਭੇਸ ਵਿੱਚ ਰਹਿੰਦੇ ਨੇ 3-4 ਪੀੜ੍ਹੀਆਂ ਤੋਂ, ਇਹਨਾਂ ਦੀ ਇਹ ਝੂਠ ਦੀ ਦੁਕਾਨ ਬੜੀ ਗਰਮ ਹੈ, ਦੁਕਾਨੇ ਬਾਤਲ। ਹੁਣ ਬਾਤਲ ਝੂਠ ਹੈ ਜਿਹੜਾ ਇਹ ਖੁਦ ਦਿੱਲੀ ਤਖ਼ਤ ਵਾਲੇ ਜਾਂ ਜਹਾਂਗੀਰ ਵਰਗੀ ਸੋਚ ਵਾਲੇ ਨੇ, ਤੇ ਇੱਧਰ ਗੁਰੂ ਨਾਨਕ ਨੇ ਜਿਹੜੇ ਸੱਚ ਦੀ ਤਲਵਾਰ ਲੈ ਕੇ ਆਉਂਦੇ ਨੇ। ਹੁਣ ਸੱਚ ਦੀ ਤਲਵਾਰ ਇਹ ਤੁਹਾਨੂੰ ਜਦੋਂ ਤੁਸੀਂ ਬਾਬਾ ਬੰਦਾ ਸਿੰਘ ਬਹਾਦਰ ਦੀ ਕਮਾਂਡ ਥੱਲੇ ਪਹਿਲਾ ਸਿੱਖ ਰਾਜ ਸਥਾਪਿਤ ਹੁੰਦਾ 1710 ਦੇ ਵਿੱਚ, ਔਰ ਜਿਹੜਾ ਸਿੱਕਾ ਚਲਾਇਆ ਜਾਂਦਾ ਉਸ ਸਿੱਕੇ ਦੇ ਉੱਤੇ ਲਫ਼ਜ਼ ਉੱਕਰੇ ਨੇ, ਫਾਰਸੀ ਉਸ ਜ਼ਮਾਨੇ ਦੀ ਜ਼ਬਾਨ ਸੀ ਜਿਹਨੂੰ ਤੁਸੀਂ ਲਿੰਕ ਲੈਂਗੁਏਜ ਕਹਿੰਦੇ ਹੋ, ਜਿਵੇਂ ਅੱਜ ਅੰਗਰੇਜ਼ੀ ਹੈ, ਤੇ ਉਸ ਦੇ ਲਫ਼ਜ਼ ਨੇ ਸਿੱਕਾ ਜਦ ਪਰ ਹਰ ਦੋ ਆਲਮ ਤੇਗ ਨਾਨਕ ਵਾਹਬ ਅਸਤ ਫਤਿਹ ਗੋਬਿੰਦ ਸਿੰਘ ਸ਼ਾਹੇ ਸ਼ਾਹਾਂ ਫਜ਼ਲ ਸੱਚਾ ਸਾਹਿਬ ਅਸਤ, ਕਿ ਇਹ ਸਿੱਕਾ ਸਿੱਖ ਰਾਜ ਦਾ ਅਸੀਂ ਦੋ ਜਹਾਨਾਂ ਦੇ ਵਿੱਚ ਚਲਾਇਆ।
ਸਿੱਕਾ ਜਦ ਬਰ ਹਰ ਦੋ ਆਲਮ ਤੇਗ ਨਾਨਕ ਵਾਪਸ, ਗੁਰੂ ਨਾਨਕ ਦੀ ਤੇਗ। ਹੁਣ ਵੱਧ ਤੋਂ ਵੱਧ ਸਾਡੇ ਇਤਿਹਾਸਕ ਪ੍ਰਮਾਣ ਆਸਾ ਦੀ ਗੱਲ ਕਰਦੇ ਨੇ ਕਿ ਗੁਰੂ ਨਾਨਕ ਸਾਹਿਬ ਦੇ ਹੱਥ 'ਚ ਸੁੱਟ ਹੈ, ਆਸਾ। ਪਰ ਮੈਂ ਕਿਤੇ ਪਿਛਲੇ ਦਿਨਾਂ 'ਚ ਪੜ੍ਹ ਰਿਹਾ ਸੀ ਕਿ ਸ਼ਾਇਦ ਤਖ਼ਤ ਸ੍ਰੀ ਹਜ਼ੂਰ ਸਾਹਿਬ ਦੇ ਸ਼ਸਤਰਾਂ ਦੇ ਵਿੱਚ, ਹਾਲਾਂ ਉਹਦੇ ਕਦੇ ਦੀਦਾਰ ਕਰਵਾਏ ਨਹੀਂ ਜਾਂਦੇ, ਉਹ ਆਸਾ ਮੌਜੂਦ ਹੈ ਜਿਹੜਾ ਕਿਹਾ ਜਾਂਦਾ ਕਿ ਗੁਰੂ ਨਾਨਕ ਸਾਹਿਬ ਦੇ ਕੋਲ ਸੀ। ਜਾਂ ਮਲਟੀਪਲ ਹੋਣਗੇ ਉਹਨਾਂ 'ਚੋਂ ਇੱਕ, ਜਦੋਂ ਉਹ ਦੱਖਣ ਦੀ ਯਾਤਰਾ ਤੇ ਗਏ ਨੇ, ਉਹਨੂੰ ਪ੍ਰੀਜ਼ਰਵ ਕੀਤਾ ਹੋਏਗਾ। ਪਰ ਗੱਲ ਜ਼ਾਹਰ ਹੈ, ਸਿੱਕਾ ਇਹ ਕਹਿੰਦਾ ਹੈ ਵੀ ਗੁਰੂ ਨਾਨਕ ਦੀ ਤੇਗ ਤੇ ਫਤਿਹ ਸ਼ਾਹਾਂ ਦੇ ਸ਼ਹਿਨਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਦੀ। ਸੱਚ ਦੀ ਤੇਗ, ਅਲਟੀਮੇਟਲੀ ਟਰੂਥ। ਜੂਨ 84 ਘੱਲੂਘਾਰੇ ਦੇ 40 ਸਾਲ ਬੀਤ ਜਾਣ ਤੇ ਕੈਨੇਡਾ ਭਰ ਦੀਆਂ ਸਿੱਖ ਸੰਗਤਾਂ ਵੱਲੋਂ ਓਟਵਾ ਵਿਖੇ ਕੈਨੇਡੀਅਨ ਪਾਰਲੀਮੈਂਟ ਸਾਹਮਣੇ ਖਾਲਿਸਤਾਨ ਰੈਲੀ ਕੱਢੀ ਗਈ। ਸਿੱਖ ਸੰਗਤਾਂ ਨੇ ਭਾਰਤੀ ਸਰਕਾਰ ਦੁਆਰਾ ਉਸ ਸਮੇਂ ਸਿੱਖਾਂ ਦੇ ਪਵਿੱਤਰ ਸਥਾਨ ਸ਼੍ਰੀ ਦਰਬਾਰ ਸਾਹਿਬ ਤੇ ਟੈਂਕਾਂ ਤੋਪਾਂ ਨਾਲ ਕੀਤੇ ਹਮਲੇ ਅਤੇ ਹਜ਼ਾਰਾਂ ਸਿੱਖ ਸੰਗਤਾਂ ਦੇ ਕਤਲ ਦੀ ਨਿੰਦਾ ਕਰਦਿਆਂ ਕਿਹਾ ਕਿ ਇਸ ਘਟਨਾ ਨੇ ਸਿੱਖਾਂ ਨੂੰ ਆਪਣਾ ਆਜ਼ਾਦ ਸਿੱਖ ਰਾਜ ਖਾਲਿਸਤਾਨ ਲੈਣ ਲਈ ਮਜਬੂਰ ਕੀਤਾ ਹੈ। ਇਸ ਮੌਕੇ ਸੰਗਤਾਂ ਨੇ ਹੱਥਾਂ ਵਿੱਚ ਖਾਲਿਸਤਾਨ ਦੇ ਝੰਡੇ ਲੈ ਕੇ ਖਾਲਿਸਤਾਨ ਜ਼ਿੰਦਾਬਾਦ ਅਤੇ ਭਾਰਤ ਸਰਕਾਰ ਮੁਰਦਾਬਾਦ ਦੇ ਨਾਰੇ ਲਾਏ। ਰੈਲੀ ਦੌਰਾਨ ਸਿੱਖ ਆਗੂਆਂ ਨੇ ਆਪਣੇ ਵਿਚਾਰ ਵੀ ਸਿੱਖ ਸੰਗਤਾਂ ਨਾਲ ਸਾਂਝੇ ਕੀਤੇ। ਜ਼ਾਲਮ ਹਕੂਮਤ ਜਿਹਦਾ ਨਿਸ਼ਾਨ ਪੈਰਾਂ ਥੱਲੇ ਪਿਆ, ਉਹਨੂੰ ਇੱਥੇ ਇੱਕ ਮੈਸੇਜ ਦੇਣ ਆਏ ਆ ਕਿ ਖਾਲਸਾ ਹਜੇ ਹਾਰਿਆ ਨਹੀਂ। ਤੁਸੀਂ ਭਾਵਾਂ ਸਾਡੇ ਅਕਾਲ ਤਖ਼ਤ ਸਾਹਿਬ ਦੇ ਉੱਤੇ ਹਮਲਾ ਕਰਕੇ ਆਪਣੇ ਇਹ ਤਰੰਗੀਆਂ ਲੀਰਾਂ ਉੱਥੇ ਟੰਗ ਸਕਦੇ ਹੋ, ਕਿਉਂਕਿ ਧੋਖੇ ਦੇ ਨਾਲ ਸਾਨੂੰ ਤੁਸੀਂ ਆਪਣੇ ਕਲਾਵੇ 'ਚ ਲੈ ਕੇ, ਬੁੱਕਲ 'ਚ ਲੈ ਕੇ ਸਾਨੂੰ ਦੈਤ ਕੇਸਰੇ ਨਾਲ ਮਾਰਿਆ। ਪਰ ਹੁਣ ਖਾਲਸਾ ਜਾਗ ਚੁੱਕਾ ਹੈ। ਖਾਲਸਾ ਹਰ ਇੱਕ ਉਸ ਵਧੀਕੀ ਦਾ ਬਦਲਾ ਲੈਂਦਾ ਆ ਰਿਹਾ ਜਿਹੜਾ ਸਾਡੇ ਨਾਲ ਹੋਈ ਆ ਤੇ ਅੱਗੇ ਤੋਂ ਵੀ ਲੈਂਦਾ ਰਹੂਗਾ। ਸਾਡੇ ਇਹ ਨਿਸ਼ਾਨ ਜਦ ਤੱਕ ਪੰਜਾਬ ਦੀ ਫਿਜ਼ਾ ਦੇ ਵਿੱਚ ਨਹੀਂ ਝੂਲਦੇ, ਉਦੋਂ ਤੱਕ ਅਸੀਂ ਸ਼ਹੀਦਾਂ ਦਾ ਸੁਪਨਾ, ਜਿਨ੍ਹਾਂ ਨੇ ਆਪਣੇ ਸਿਰਾਂ ਦੇ ਠੀਕਰੇ ਦਿੱਲੀ ਹਕੂਮਤ ਦੇ ਸਿਰ ਤੇ ਭੰਨੇ ਆ, ਇਹ ਖਾਲਿਸਤਾਨ ਨਹੀਂ ਉੱਥੇ ਆਜ਼ਾਦ ਕਰਾ ਲੈਂਦੇ, ਉਦੋਂ ਤੱਕ ਸਾਡੇ ਲਈ ਹਰ ਸਾਹ ਆ ਜਿਹੜਾ ਉਹ ਲੈਣਾ ਹਰਾਮ ਹੈ। ਇੱਕ ਵੀ ਪਲ, ਜਿਹੜੀ ਵੀ ਅੱਖ ਇਹ ਸੁਪਨਾ ਦੇਖਣ ਤੋਂ ਵਾਂਝੀ ਰਹੇ ਕਿ ਸਾਡਾ ਮੁਲਕ ਛੇਤੀ ਆਜ਼ਾਦ ਹੋਊਗਾ, ਉਹ ਪਲ ਸਾਡੇ ਲਈ ਹਰਾਮ ਹੈ। ਪਰ ਇੱਕ ਗੱਲ ਮੈਂ ਜ਼ਰੂਰ ਇੱਥੋਂ ਕਹਿਣੀ ਚਾਹੁੰਦਾ, ਜਿਹੜੀ ਪੰਥਕ ਸਟੇਜਾਂ ਤੋਂ ਕਹਿਣੀ ਅੱਜ ਕੱਲ੍ਹ ਗੁਨਾਹ ਸਮਝੀ ਜਾਂਦੀ ਆ, ਪਰ ਮੈਂ ਉਹ ਗੁਨਾਹ ਕਰਨ ਲੱਗਾ। ਉਹ ਕੀ ਆ, ਖਾਲਸਾ ਜੀ, ਖਾਸ ਕਰਕੇ ਨਵੇਂ ਨੌਜਵਾਨ ਜਿਨ੍ਹਾਂ ਦੀਆਂ ਉਮਰਾਂ ਲੰਘ ਗਈਆਂ, ਉਹਨਾਂ ਨੂੰ ਕੋਈ ਨੀ ਸਮਝਾ ਸਕਦਾ। ਜਿਹੜੇ 40-45 ਤੋਂ ਟੱਪ ਗਏ ਉਹ ਲੰਘ ਗਿਆ ਕੰਮ ਉਹਨਾਂ ਦਾ। ਪਰ ਨਵੇਂ ਨੌਜਵਾਨ, ਇੱਕ ਮੇਰੀ ਹੱਥ ਜੋੜ ਕੇ ਤੁਹਾਨੂੰ ਅਪੀਲ ਆ, ਆਪਾਂ ਇਸ ਗੱਲ ਨੂੰ ਸਮਝੀਏ ਕਿ ਸਾਡੀ ਲੜਾਈ ਹੈ ਕਾਹਦੀ, ਅਸੀਂ ਕਿਹੜੀ ਗੁਲਾਮੀ ਤੋਂ ਆਜ਼ਾਦ ਹੋਣਾ ਚਾਹੁੰਦੇ ਹਾਂ। ਮੁੜਕੇ ਤਾਂ ਸਾਡੇ ਉਹਨਾਂ ਨਾਲ ਮਿਲਦੇ ਆ ਜਿਹਨਾਂ ਨਾਲ ਲੜਦੇ ਹਾਂ ਅਸੀਂ। ਇਸ ਗੱਲ ਵੱਲ ਧਿਆਨ ਦਿਓ, ਇਹ ਜਿਹੜਾ ਸਰੂਪ ਆ ਸਾਡਾ, ਇਹਦੇ ਹੀ ਉਹ ਦੁਸ਼ਮਣ ਆ, ਨਹੀਂ ਤਾਂ ਉੱਥੇ ਹੋਰ ਬਥੇਰੇ ਲੋਕ ਰਹੀ ਜਾਂਦੇ ਆ, ਕਿਸੇ ਨੂੰ ਕੋਈ ਲੈਣਾ ਦੇਣਾ ਨਹੀਂ ਹੈਗਾ। ਅਸੀਂ ਇਹ ਜ਼ਰੂਰ ਦੇਖੀਏ ਕਿ ਜਿਹੜਾ ਕਲਗੀਧਰ ਪਾਤਸ਼ਾਹ ਦਾ ਹੁਕਮ ਹੈ ਨਾ, ਪਿਓ ਦੀ ਵਸੀਅਤ ਦਾ ਮਾਲਕ ਉਹ ਬੱਚਾ ਹੁੰਦਾ ਜਿਹੜਾ ਪਿਓ ਦੇ ਕਹਿਣੇ 'ਚ ਹੋਵੇ। ਪਿਓ ਦਾ ਕਹਿਣਾ ਕੀ ਆ ਕਿ ਜਬ ਲਗ ਖਾਲਸਾ ਰਹੇ ਨਿਆਰਾ, ਤਬ ਲਗ ਤੇਜ ਦਿਉ ਮੈਂ ਸਾਰਾ। ਜਬ ਇਹ ਗਏ ਵਿਪਰਨ ਕੀ ਰੀਤ, ਮੈਂ ਨਾ ਕਰੂੰ ਇਨਕੀ ਪ੍ਰਤੀਤ। ਵਿਪਰਨ ਦੀ ਰੀਤ ਕੀ ਆ ਜੀ, ਅਸੀਂ ਪਿਓ ਤੋਂ ਬੇਮੁਖ ਹੋ ਕੇ ਨਾਈ ਮੋਹਰੇ ਭੇਡ ਜੀ ਬਣ ਕੇ ਬਹਿ ਜਾਂਦੇ ਹਾਂ, ਇਹ ਵਿਪਰਨ ਦੀ ਰੀਤ ਇਹ ਆ, ਇਹਨੂੰ ਕਹਿੰਦੇ ਆ। ਸੋ ਖਾਲਸਾ ਜੀ, ਇਸ ਗੱਲ ਦਾ ਧਿਆਨ ਰਹੇ
ਮੈਂ ਇਹ ਨਹੀਂ ਕਹੂੰਗਾ ਕਿ ਜਦੋਂ ਸਾਰੇ ਹੀ ਖਾਲਸੇ ਬਣ ਗਏ ਉਦੋਂ ਖਾਲਿਸਤਾਨ ਬਣ ਜਾਊਗਾ, ਨਹੀਂ। ਖਾਲਿਸਤਾਨ ਨੂੰ ਆਜ਼ਾਦ ਕਰਾਉਣ ਲਈ ਸਾਨੂੰ ਲੜਾਈ ਲੜਨੀ ਪੈਣੀ ਆ, ਆਪਣੇ ਸ਼ਹੀਦਾਂ ਦੇ ਆਪਣੇ ਪੁਰਖਿਆਂ ਦੇ ਨਕਸ਼ੇ ਕਦਮਾਂ ਤੇ ਚੱਲਣਾ ਪੈਣਾ, ਪਰ ਆਪਣਾ ਸਾਬਤ ਸੂਰਤ ਹੋਣਾ ਪਹਿਲੀ ਵੰਗਾਰ ਹੋਊਗੀ ਹਿੰਦੁਸਤਾਨ ਦੀ ਗੌਰਮੈਂਟ ਨੂੰ ਵੀ ਜਿਹੜੇ ਮੜੰਗੇ ਦੇ ਤੁਸੀਂ ਦੁਸ਼ਮਣ ਬਣੇ ਆ ਸਿੱਖ ਉਹਦੇ ਚ ਹਜੇ ਵੀ ਕਾਇਮ ਆ, ਤੇ ਜੇ ਅਸੀਂ ਇੰਨਾ ਕੁ ਪ੍ਰਣ ਵੀ ਨਹੀਂ ਕਰ ਸਕਦੇ ਤਾਂ ਫਿਰ ਰਹਿਣ ਦਈਏ ਭਾਈ, ਜਿੰਨਾ ਕੁ ਕੰਮ ਹੈਗਾ ਜਿੰਨਾ ਕੁ ਸਾਨੂੰ ਗੁਰੂ ਨੇ ਬਖਸ਼ਿਆ ਠੀਕ ਆ ਕਰੀ ਜਾਓ, ਆਪਣੇ ਆਪ ਕੋਈ ਤਰਦਰ ਆਪਾਂ ਨਾ ਕਰੀਏ, ਲੋਕਾਂ ਨੂੰ ਧੋਖਾ ਨਾ ਦਈਏ ਵੀ ਅਸੀਂ ਆਹ ਕਰਨਾ ਚਾਹੁੰਦੇ ਹਾਂ ਜਾਂ ਉਹ ਕਰਨਾ ਚਾਹੁੰਦੇ ਹਾਂ। ਗੁਰੂ ਦੀ ਮੋਹਰ ਜਿਹੜੀ ਆ ਆਪਣੇ ਚਿਹਰੇ ਤੋਂ ਲਾ ਕੇ ਅਸੀਂ ਕੁਛ ਨਹੀਂ ਕਰ ਸਕਦੇ। ਅੱਜ ਆਪਾਂ 84 ਦੇ ਘੱਲੂ ਘਾਰੇ ਦੇ ਵੀ 40ਵਾਂ ਜਿਹੜਾ ਭਾਰਤੀ ਸਰਕਾਰ ਨੇ ਭਾਰਤੀ ਫੌਜ ਨੇ ਕਹਿਰ ਵਰਤਾਇਆ ਸੀ ਉਹਦੀ 40ਵੀਂ ਜਿਹੜਾ ਸਾਲ ਹੈਗਾ ਉਸ ਕਹਿਰ ਦਾ, ਉਹਦੇ ਤੇ ਆਪਾਂ ਅੱਜ ਪਾਰਲੀਮੈਂਟ ਦੇ ਵਿਹੜੇ ਦੇ ਵਿੱਚ ਇਕੱਠਿਆਂ ਹੋ ਕੇ ਆਪਣੀ ਆਵਾਜ਼ ਦੁਨੀਆ ਤੱਕ ਪਹੁੰਚਾਉਣ ਦੇ ਲਈ ਇਕੱਤਰ ਹੋਏ ਹੈਗੇ ਆ। ਆ ਜਿੱਥੇ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ, ਭਾਈ ਅਮਰੀਕ ਸਿੰਘ ਜੀ, ਜਨਰਲ ਸੁਭੇਗ ਸਿੰਘ, ਬਾਬਾ ਠਾਰਾ ਸਿੰਘ ਅਤੇ ਉਹਨਾਂ ਦੇ ਨਾਲ ਕੋਈ 200 ਦੇ ਕਰੀਬ ਹੋਰ ਸਿੰਘਾਂ ਸਿੰਘਣੀਆਂ ਨੇ ਆਪਣੀਆਂ ਜਾਨਾਂ ਦੀਆਂ ਆਹੂਤੀਆਂ ਦੇ ਕੇ ਜਿੱਥੇ ਜਿਹੜਾ ਖਾਲਿਸਤਾਨ ਦੀ ਜਿਹੜੀ ਨੀਂਹ ਰੱਖੀ ਸੀ ਉਹਦੇ ਵਿੱਚ ਜਿਹੜਾ ਅੱਜ ਬੀਬੀਆਂ ਬਹੁਤ ਗਿਣਤੀ ਦੇ ਵਿੱਚ ਅੱਜ ਆਪਣੇ ਇਸ ਸਮਾਗਮ ਦੇ ਵਿੱਚ ਇਕੱਤਰ ਹੋਈਆਂ ਹੈਗੀਆਂ। ਸੋ ਉੱਥੇ ਸਿੰਘਾਂ ਦੇ ਨਾਲ ਸਿੰਘਣੀਆਂ ਦਾ ਵੀ ਭਰਵਾਂ ਸਹਿਯੋਗ ਰਿਹਾ ਹੈਗਾ। ਇੱਥੇ ਦੋ ਜਿਹੜੀਆਂ ਗੱਲਾਂ ਮੈਂ ਜ਼ਰੂਰ ਕਰਨੀਆਂ ਚਾਹਾਂਗਾ। ਭਾਈ ਮੋਹਰ ਸਿੰਘ ਜਿਹਨਾਂ ਜਿਹੜੇ ਆਪਣੀ ਪਤਨੀ ਤੇ ਆਪਣੇ ਦੋ ਬੱਚੀਆਂ ਦੇ ਨਾਲ ਇੱਕ ਮੋਰਚੇ ਦੇ ਵਿੱਚ ਜੰਗ ਲੜ ਰਹੇ ਸੀਗੇ, ਜਦੋਂ ਭਾਰਤੀ ਫੌਜਾਂ ਦਾ ਪਹਿਲਾ ਟੈਂਕ ਆਇਆ, ਭਾਈ ਮੋਹਰ ਸਿੰਘ ਨੇ ਆਪਣੀ 6-7 ਸਾਲ ਦੀ ਬੱਚੀ ਜਿਹੜੀ ਸੀ ਉਸ ਨੂੰ ਉਹਦੇ ਨਾਲ ਬੰਬ ਬੰਨ ਕੇ ਉਸ ਬੱਚੀ ਨੂੰ ਆਖਿਆ, ਚੱਲ ਬੇਟਾ ਗੁਰੂ ਗੋਬਿੰਦ ਸਿੰਘ ਦੀ ਗੋਦ ਤੇਰੀ ਉਡੀਕ ਕਰ ਰਹੀ ਹੈਗੀ ਆ। ਉਸ ਬਾਅਦ ਤਾਂ ਉਸ ਬੱਚੀ ਨੇ ਟੈਂਕ ਦੇ ਵਿੱਚ ਛਾਲ ਮਾਰ ਕੇ ਉਸ ਟੈਂਕ ਨੂੰ ਬਰਬਾਦ ਕੀਤਾ, ਤੇ ਉਸ ਤੋਂ ਬਾਅਦ ਦੂਸਰੀ ਬੱਚੀ ਜਦੋਂ ਦੂਸਰਾ ਟੈਂਕ ਆਇਆ ਉਸ ਬੱਚੀ ਨੇ ਤੇ ਨਾਲ ਵੀ ਬੰਬ ਬੰਨ ਕੇ ਦੂਸਰੇ ਟੈਂਕ ਨੂੰ ਨਕਾਰਾ ਕਰਨ ਦੇ ਲਈ ਉਹਨਾਂ ਦੋ ਬੱਚਿਆਂ ਦੀ ਸ਼ਹਾਦਤ ਜਿਹੜੀ ਹੈਗੀ ਆ ਇਹ ਸਾਨੂੰ ਦੱਸਦੀ ਹੈਗੀ ਆ ਕਿ ਇਹ ਪੁਰਾਤਨ ਸਮੇਂ ਤੇ ਨਹੀਂ, ਅੱਜ ਦੇ ਸਮੇਂ ਦੇ ਵਿੱਚ ਵੀ ਸਾਡੇ ਜਦੋਂ ਜਿਹੜਾ ਗੁਰੂ ਦਾ ਵਰਤਾਰਾ ਜਿਹੜਾ ਵਰਤਦਾ ਹੈਗਾ, ਗੁਰੂ ਆਪ ਹੱਥ ਦੇ ਕੇ ਸਾਤੋਂ ਸੇਵਾ ਲੈਂਦਾ ਹੈਗਾ, ਤੇ ਉਸ ਦੇ ਨਾਲ ਦੀ ਨਾਲ ਜਿਹੜੇ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਜਿਹੜੇ ਪ੍ਰਧਾਨ ਭਾਈ ਅਮਰੀਕ ਸਿੰਘ ਉਹਨਾਂ ਨੇ ਜਿੱਥੇ ਆਪਣਾ ਰੋਲ ਨਿਭਾਇਆ ਉੱਥੇ ਇਸਤਰੀ ਵਿੰਗ ਦੀ ਜਿਹੜੀ ਬੀਬੀ ਉਪਕਾਰ ਕੌਰ ਅਤੇ ਉਹਦੇ ਨਾਲ ਬੀਬੀ ਸੁਰਿੰਦਰ ਕੌਰ ਹੋਰਾਂ ਨੇ, ਆ ਦੋਨਾਂ ਨੇ ਜਿੱਥੇ ਰਸ਼ੀਆ ਇਜ਼ਰਾਈਲ ਅਤੇ ਭਾਰਤੀ ਆ ਫੌਜਾਂ ਨੇ ਇਕੱਠਿਆਂ ਹੋ ਕੇ ਜਿਹੜਾ ਕਮਾਂਡੋ ਐਕਸ਼ਨ ਕੀਤਾ ਸੀ ਉਹਦੇ ਜਿੰਨੇ ਵੀ ਕਮਾਂਡੋ ਜਿਹੜੇ ਉਸ ਵੇਲੇ ਉਤਰੇ ਹੈਗੇ ਆ ਉਹਨਾਂ ਨੂੰ ਢੇਰ ਕਰਨ ਵਾਲੀ ਉਹ ਦੋ ਬੀਬੀਆਂ ਸਨ, ਬੀਬੀ ਉਪਕਾਰ ਕੌਰ ਤੇ ਬੀਬੀ ਸੁਰਿੰਦਰ ਕੌਰ, ਉਹਨਾਂ ਨੇ ਉਹਨਾਂ ਨੂੰ ਦੱਸ ਦਿੱਤਾ ਭਾਵੇਂ ਜਿੰਨੇ ਮੁਲਕਾਂ ਦੀ ਮਰਜ਼ੀ ਤੁਸੀਂ ਜਿਹੜੀ ਹੈਗੀ ਆ ਜਿਹੜੇ ਮੇਨ ਜਿਹੜੇ ਮੁੱਖ ਜਿਹੜੇ ਕਮਾਂਡੋ ਲੈ ਆਓ, ਅਸੀਂ ਜਿਹੜਾ ਗੁਰੂ ਦੇ ਆਸਰੇ ਦੇ ਨਾਲ ਅਸੀਂ ਸਾਨੂੰ ਜਿਹੜਾ ਗੁਰੂ ਦਾ ਜਿਹੜਾ ਓਟ ਆਸਰਾ ਹੈਗਾ ਉਹਦੇ ਨਾਲ ਅਸੀਂ ਹਰ ਪੱਧਰ ਤੇ ਤੁਹਾਡਾ ਜਿਹੜਾ ਟਾਕਰਾ ਕਰਨ ਦੇ ਲਈ ਤਿਆਰ ਹੈਗੇ ਆ। ਸੋ ਆਪਾਂ ਉਹਨਾਂ ਬੱਚਿਆਂ ਨੂੰ ਉਹਨਾਂ ਬੀਬੀਆਂ ਨੂੰ ਅੱਜ ਸ਼ਰਧਾ ਦੇ ਫੁੱਲ ਭੇਟ ਕਰਦੇ ਹਾਂ। ਸੋ ਜਿੰਨੇ ਵੀ ਸਾਡੇ 84 ਦੇ ਘੱਲੂ ਘਾਰੇ ਦੇ ਵਿੱਚ ਸ਼ਹੀਦਾਂ ਨੇ ਆਪਣਾ ਲਹੂ ਡੋਲ ਕੇ ਆਪਣੇ ਲਹੂ ਵਿੱਚ ਤਾਂ ਗਾਰਾ ਖਾਲਿਸਤਾਨ ਦੀ ਨੀਹਾਂ ਦੇ ਵਿੱਚ ਲਗਾ ਕੇ ਸਾਨੂੰ ਅੱਜ ਇਹੋ ਜਿਹੇ ਇੱਥੋਂ ਪਾਰਲੀਮੈਂਟ ਦੇ ਵਿਹੜੇ ਦੇ ਵਿੱਚ ਆਉਣ ਦੇ ਯੋਗ ਬਣਾਇਆ ਹੈਗਾ। ਸੋ ਉਹਨਾਂ ਨੇ ਦੱਸ ਦਿੱਤਾ ਸੀ ਕਿ ਹਰਿਮੰਦਰ ਸਾਹਿਬ ਦੀ ਪ੍ਰਕਰਮਾ ਚ
ਲਹੂ ਦਾ ਵਗ ਗਿਆ ਵੱਡਾ ਦਰਿਆ ਭਾਵੇਂ, ਪਰ ਅਸੀਂ ਖੰਡੇ ਦੀ ਧਾਰ ਉੱਤੇ ਨੱਚਣਾ ਹਰਗਜ਼ ਬੰਦ ਨਹੀਂ ਕੀਤਾ। ਸੋ ਅੱਜ ਵੀ ਖੰਡੇ ਦੀ ਧਾਰ ਤੇ ਨੱਚ ਰਹੇ ਹੈਗੇ ਹਾਂ। ਉਹ ਉਹਨਾਂ ਦੇ ਪਾਏ ਹੋਏ ਪੂਰਨਿਆਂ ਨੂੰ ਅੱਜ ਆਪਾਂ ਨਿਭਾ ਰਹੇ ਹੈਗੇ ਹਾਂ। ਅੱਜ ਤੱਕ 1984 ਤੋਂ ਲੈ ਕੇ ਅੱਜ ਤੱਕ ਜਿਹਨਾਂ ਵੀ ਸਿੰਘਾਂ ਸਿੰਘਣੀਆਂ ਨੇ ਸਿੱਖ ਕੌਮ ਲਈ, ਪੰਜਾਬ ਦੀ ਆਜ਼ਾਦੀ ਲਈ, ਖਾਲਿਸਤਾਨ ਲਈ ਸ਼ਹੀਦੀਆਂ ਦਿੱਤੀਆਂ, ਅਸੀਂ ਅੱਜ ਉਹਨਾਂ ਸਭ ਨੂੰ ਸਿਜਦਾ ਕਰਨ ਇੱਥੇ ਪੰਥਕ ਤੌਰ ਤੇ ਪੂਰੇ ਕੈਨੇਡਾ ਭਰ ਵਿੱਚੋਂ ਇਕੱਤਰ ਹੋਏ ਹਾਂ। ਕਿਉਂਕਿ ਮੈਸੇਜ 1984 ਵਿੱਚ ਵੀ ਹੋਈ ਸੀ, ਸੰਤ ਭਿੰਡਰਾਂਵਾਲ ਨੇ ਕਿਹਾ ਸੀ ਜਿਸ ਦਿਨ ਅਕਾਲਤਖਤ ਸਾਹਿਬ ਤੇ ਭਾਰਤ ਦੀ ਫੌਜ ਨੇ ਪੈਰ ਪਾਏ, ਖਾਲਿਸਤਾਨ ਦੀ ਨੀਂਹ ਰੱਖੀ ਜਾਵੇਗੀ। ਜਿਸ ਦਿਨ ਭਾਰਤ ਦੀ ਜ਼ਾਲਮ ਸਰਕਾਰ ਨੇ, ਫੌਜ ਨੇ ਦਰਬਾਰ ਸਾਹਿਬ ਦੀ ਹਦੂਦ ਵਿੱਚ ਪੈਰ ਪਾਏ, ਖਾਲਿਸਤਾਨ ਦੀ ਨੀਂਹ ਰੱਖੀ ਜਾਏਗੀ। ਖਾਲਿਸਤਾਨ ਦੀ ਨੀਂਹ ਰੱਖੀ ਗਈ ਆ। ਅੱਜ 40ਵੀਂ ਵਰ੍ਹੇਗੰਢ ਆ। ਭਾਰਤ ਦੀ ਸਰਕਾਰ ਦਾ ਜ਼ੁਲਮੀ ਚਿਹਰਾ ਇੰਡੀਆ ਵਿੱਚ, ਪੰਜਾਬ ਵਿੱਚ ਤਾਂ ਨੰਗਾ ਹੋਇਆ ਹੀ ਸੀ। ਟਰਾਂਸਨੈਸ਼ਨਲ ਡਿਪਰੈਸ਼ਨ ਤੁਸੀਂ ਦੇਖ ਰਹੇ ਹੋ, ਸਾਈਨ ਸਟਾਪ ਇੰਡੀਅਨ ਟਰਾਂਸਨੈਸ਼ਨਲ ਡਿਪਰੈਸ਼ਨ, ਇਹਦੇ ਸੰਬੰਧ ਵੀ ਨੰਗਾ ਹੋਇਆ। ਜਿਸ ਤਰ੍ਹਾਂ ਹਰਦੀਪ ਸਿੰਘ ਨਿੱਜਰ ਦੀ ਸ਼ਹਾਦਤ ਕੈਨੇਡਾ ਦੇ ਵਿੱਚ ਹੁੰਦੀ ਆ, ਤੇ ਭਾਈ ਪਰਮਜੀਤ ਸਿੰਘ ਪੰਜਵੜ ਦੀ ਅਤੇ ਅਵਤਾਰ ਸਿੰਘ ਖੰਡਾ ਦੀ ਅਵਤਾਰ ਅਤੇ ਗੁਰਪ੍ਰਤਾਪ ਸਿੰਘ ਪੰਨੂ ਨੂੰ ਮਾਰਨ ਦੀ ਸਾਜ਼ਿਸ਼, ਸਿੱਖਸ ਫਾਰ ਜਸਟਿਸ, ਖਾਲਿਸਤਾਨ ਦਾ ਮੁੱਦਾ ਦੁਨੀਆ ਭਰ ਦੇ ਵਿੱਚ ਅੱਜ ਵਿਚਾਰਿਆ ਜਾ ਰਿਹਾ। ਸਾਡਾ ਸਾਰਿਆਂ ਦਾ ਫਰਜ਼ ਬਣ ਜਾਂਦਾ ਕਿ ਆਪਾਂ ਸ਼ਹੀਦਾਂ ਨੂੰ ਸੱਚੀ ਸੱਚੀ ਸ਼ਰਧਾਂਜਲੀ ਅਰਪਣ ਕਰਦੇ ਹੋਏ ਖਾਲਿਸਤਾਨ ਦੇ ਇਸ ਜੱਦੋਜਹਿਦ ਵਿੱਚ ਆਪਣਾ ਯੋਗਦਾਨ ਪਾਈਏ। ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੱਲੋਂ ਜੂਨ 84 ਅਤੇ ਹੋਰ ਤਤਕਾਲੀ ਮਸਲਿਆਂ ਸੰਬੰਧੀ ਅਹਿਮ ਪ੍ਰੈਸ ਕਾਨਫਰੰਸ ਕੀਤੀ ਗਈ। ਪ੍ਰੈਸ ਨੂੰ ਸੰਬੋਧਨ ਕਰਦਿਆਂ ਉਹਨਾਂ ਜੂਨ 84 ਨੂੰ ਸ੍ਰੀ ਦਰਬਾਰ ਸਾਹਿਬ ਦੇ ਸਮੇਂ ਦੀ ਕਾਂਗਰਸ ਸਰਕਾਰ ਵੱਲੋਂ ਕੀਤੇ ਹਮਲੇ ਦੀ ਨਿੰਦਾ ਕਰਦਿਆਂ ਕਿਹਾ ਕਿ ਇਸ ਘਟਨਾ ਨੇ ਸਿੱਖਾਂ ਦੇ ਮਨਾਂ ਨੂੰ ਡੂੰਘੀ ਸੱਟ ਮਾਰੀ ਹੈ ਅਤੇ ਅੱਜ ਵੀ ਸਿੱਖਾਂ ਦੇ ਮਨ ਵਿੱਚ ਇਸ ਹਮਲੇ ਨੂੰ ਲੈ ਕੇ ਰੋਸ ਉਸੇ ਤਰ੍ਹਾਂ ਜਾਰੀ ਹੈ। ਉਹਨਾਂ ਕਿਹਾ ਕਿ ਸਮੇਂ ਦੀ ਸਰਕਾਰ ਵੱਲੋਂ ਸਿੱਖਾਂ ਦੇ ਢਾਏ ਇਸ ਤਸ਼ੱਦਦ ਨੂੰ ਸਿੱਖ ਰਹਿੰਦੀ ਦੁਨੀਆ ਤੱਕ ਯਾਦ ਰੱਖਣਗੇ ਕਿ ਕਿਵੇਂ ਉਹਨਾਂ ਦੇ ਪਾਵਨ ਪਵਿੱਤਰ ਅਸਥਾਨ ਸ਼੍ਰੀ ਦਰਬਾਰ ਸਾਹਿਬ 'ਤੇ ਟੈਂਕਾਂ ਤੋਪਾਂ ਨਾਲ ਹਮਲਾ ਕੀਤਾ ਗਿਆ। ਸ਼੍ਰੀ ਦਰਬਾਰ ਸਾਹਿਬ ਦੀ ਮਰਿਆਦਾ ਭੰਗ ਕੀਤੀ ਗਈ ਅਤੇ ਹਜ਼ਾਰਾਂ ਦੀ ਗਿਣਤੀ ਵਿੱਚ ਦਰਸ਼ਨ ਕਰਨ ਆਈਆਂ ਬੇਕਸੂਰ ਸਿੱਖ ਸੰਗਤਾਂ ਦਾ ਕਤਲ ਕੀਤਾ ਗਿਆ। ਇਸ ਤੋਂ ਇਲਾਵਾ ਉਹਨਾਂ 1984 ਘੱਲੂਘਾਰਾ ਦੀ 40ਵੀਂ ਬਰਸੀ 'ਤੇ ਪੰਜ ਸਿੰਘ ਸਾਹਿਬਾਨਾਂ ਵੱਲੋਂ ਸਿੱਖ ਕੌਮਲੀ ਸੰਦੇਸ਼ ਦਾ ਜ਼ਿਕਰ ਕਰਦਿਆਂ ਕਿਹਾ ਕਿ 4 ਤੋਂ 6 ਜੂਨ ਨੂੰ ਸਾਰੇ ਸਿੱਖ ਕਾਲੀਆਂ ਦਸਤਾਰਾਂ ਸਜਾਉਣ ਅਤੇ ਸਿੱਖ ਬੀਬੀਆਂ ਸਿਰ 'ਤੇ ਕਾਲੇ ਦੁਪੱਟੇ ਲੈ ਕੇ ਆਪਣਾ ਰੋਸ ਜ਼ਾਹਰ ਕਰਨ। SGPC ਮੁਲਾਜ਼ਮ ਵੀ 3 ਤੋਂ 6 ਜੂਨ ਤੱਕ ਕਾਲੀਆਂ ਦਸਤਾਰਾਂ ਸਜਾ ਕੇ ਆਉਣ ਅਤੇ ਸੰਗਤਾਂ ਗੁਰਬਾਣੀ ਦੇ ਵੱਧ ਤੋਂ ਵੱਧ ਜਾਪ ਕਰਨ। 31 ਮਈ 1984 ਦਾ ਉਹ ਸਮਾਂ ਜਦੋਂ ਰਾਤ ਨੂੰ 8 ਵਜੇ ਟੈਲੀਵਿਜ਼ਨਾਂ ਅਤੇ ਰੇਡੀਓ ਦੇ ਉੱਤੇ ਅਨਾਊਂਸਮੈਂਟ ਹੁੰਦੀ ਕਿ ਪੰਜਾਬ ਨੂੰ ਸਮੁੱਚੇ ਨੂੰ ਫੌਜ ਦੇ ਹਵਾਲੇ ਕੀਤੇ ਜਾਂਦਾ ਅਤੇ ਇੱਥੇ ਪੂਰਨ ਤੌਰ 'ਤੇ ਬਲੈਕਆਊਟ ਕਰ ਦਿੱਤੀ ਜਾਂਦੀ ਹੈ ਅਤੇ 1 ਤਰੀਕ ਨੂੰ ਇੱਥੇ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਹਮਲਾ ਕੀਤਾ ਜਾਂਦਾ ਔਰ ਬਹੁਤ ਸਾਰੀ ਸੰਗਤ ਜਿਹੜੀ ਆ ਉਹ ਸਾਹਿਬ ਗੁਰੂ ਅਰਜਨ ਦੇਵ ਪਾਤਸ਼ਾਹ ਦਾ ਸ਼ਹੀਦੀ ਗੁਰਪੁਰਬ ਮਨਾਉਣ ਇੱਥੇ ਹਾਜ਼ਰ ਸੀਗੇ ਅਤੇ ਕਰਫਿਊ ਲਾ ਦਿੱਤਾ ਜਾਂਦਾ ਔਰ ਕਰਫਿਊ 'ਚ ਥੋੜ੍ਹੀ ਢਿੱਲ ਦਿੱਤੀ ਜਾਂਦੀ ਆ। ਬਹੁਤ ਸਾਰੇ ਸ਼ਰਧਾਲੂ ਉਹ ਅੰਦਰ ਹੀ ਇੱਥੇ ਜਿਹੜੇ ਉਹ ਰਹਿ ਜਾਂਦੇ ਆ। ਉਹ ਮਰਜੀਬੜੇ ਸਿੱਖ ਕੌਮ ਦੇ ਮਹਾਨ ਸ਼ਹੀਦ ਜਿਨ੍ਹਾਂ ਨੇ ਇਹ ਪ੍ਰਤਿਗਿਆ ਕੀਤੀ ਸ਼੍ਰੀ ਅਕਾਲ ਤਖਤ ਦੇ ਸਨਮੁੱਖ ਕਿ ਜੇ ਇੱਥੇ ਫੌਜ ਨੇ ਜਾਂ ਪੁਲਿਸ ਨੇ ਹਮਾਕਤ ਕੀਤੀ ਅੰਦਰ ਵੜਨ ਦੀ ਅਤੇ ਫਿਰ ਸੂਰਾ ਸੋ ਪਹਿਚਾਨੀਏ ਜੋ ਲਰੇ ਦੀਨ ਕੇ ਹੇਤ, ਪੁਰਜਾ ਪੁਰਜਾ ਕੱਟ ਮਰੇ ਕਬੂ ਨਾ ਛਾਡੇ ਖੇਤ।
ਔਰ ਫੌਜ ਨੂੰ ਵੀ ਫਿਰ ਚਣੇ ਚਵਾਏ। ਇਹ ਘਸਮਾਨ ਦਾ ਘਮਸਾਨ ਦਾ ਜਿਹੜਾ ਯੁੱਧ ਸੀ ਇਹ 6 ਤਰੀਕ ਤੱਕ 6 ਜੂਨ ਤੱਕ ਹੋਇਆ। ਪਰ ਉਹਨਾਂ ਨੇ ਤਾਂ ਜਿੰਨੀ ਪ੍ਰਤਿਗਿਆ ਕੀਤੀ ਸੀ ਉਹਨੀ ਤਾਂ ਸ਼ਹੀਦੀਆਂ ਪਾਈਆਂ। ਬਹੁਤ ਸਾਰੇ ਸ਼ਰਧਾਲੂ ਜਿਹੜੇ ਸੀਗੇ ਉਹ ਵੀ ਵਿਚਾਰੇ ਇਹ ਮੌਤ ਦੇ ਘਾਟ ਇਹਨਾਂ ਨੇ ਜ਼ਾਲਮ ਸਰਕਾਰ ਨੇ ਉਸ ਵੇਲੇ ਦੀ ਕਾਂਗਰਸ ਨੇ ਉਹ ਸਾਰੇ ਮੌਤ ਦੇ ਘਾਟ ਉਤਾਰੇ। ਇਸ ਵਾਰ 5 ਸਿੰਘ ਸਾਹਿਬਾਨ ਅਤੇ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ 4 ਤੋਂ 6 ਤਰੀਕ ਤੱਕ, ਆਹ ਦੇਖੋ ਸਾਡੇ ਸਕੱਤਰ ਸਾਹਿਬ ਖੜ੍ਹੇ ਆ, ਕਿ ਭਾਈ ਕੁਲਵੰਤ ਸੋਹਣੀ ਤਾਂ ਚਲੋ ਰਿਟਾਇਰ ਹੋ ਗਿਆ ਸਾਡੇ 2000 'ਚ ਇੱਥੇ ਸਕੱਤਰ ਹੁੰਦੇ ਸੀ, ਇਹ ਜਿੰਨੇ ਵੀ ਸਾਰੇ ਸਕੱਤਰ ਅਤੇ ਸਾਰਾ ਸਟਾਫ, ਉਹ ਭਾਵੇਂ ਅੱਜ 3 ਤਰੀਕ ਆ, ਸਾਰਿਆਂ ਨੇ ਕਾਲੀਆਂ ਦਸਤਾਰਾਂ ਸਜਾਈਆਂ। ਇਹ 4 ਤੋਂ 6 ਤੱਕ ਸਾਰੇ ਖਾਲਸਾ ਪੰਥ ਨੂੰ ਇਹ ਹੁਕਮ ਆ ਵੀ ਵੱਧ ਤੋਂ ਵੱਧ ਸਾਰੇ ਬੀਬੀਆਂ ਕਾਲੇ ਦੁਪੱਟੇ ਅਤੇ ਜਿਹੜੇ ਸਿੰਘ ਆਪਣੇ ਸਿੰਘ ਆ ਉਹ ਕਾਲੀਆਂ ਦਸਤਾਰਾਂ ਸਜਾਉਣ। ਉਹ ਤੋਂ ਇਲਾਵਾ ਕਿਉਂਕਿ ਬਹੁਤ ਲੋਕਾਂ ਦੀ ਭਾਰੀ ਆਮਦ ਹੁੰਦੀ ਆ 6 ਜੂਨ ਦੇ ਇਹਨਾਂ ਦਿਨਾਂ ਦੇ ਵਿੱਚ, ਵੱਧ ਤੋਂ ਵੱਧ ਸੰਗਤ ਜਿਹੜੀ ਆ ਪਹੁੰਚਦੀ ਆ ਅਤੇ ਮਹਾਨ ਸ਼ਹੀਦਾਂ ਨੂੰ ਆ ਕੇ ਆਪਣੇ ਨਤਮਸਤਕ ਵੀ ਹੁੰਦੀ ਆ। ਸੋ ਇੱਕ ਪਿਛਲੇ ਦਿਨੀ ਯੂਪੀ ਦੇ ਵਿੱਚ ਇੱਕ ਐਸਾ ਕਾਂਡ ਵਰਤਿਆ ਜਿਹਦੇ ਨਾਲ ਸਾਰੇ ਸਿੱਖਾਂ ਦੇ ਹਿਰਦਿਆਂ ਦੇ ਵਿੱਚ ਇੱਕ ਮੁੜ ਫੇਰ ਚਿੰਗਿਆੜੀ ਜਿਹੀ ਉੱਠੀ। ਉਹ ਇੱਕ ਬੱਚੀ ਸੀ ਗ੍ਰੰਥੀ ਸਿੰਘ ਦੀ, ਜਿਹਨੂੰ ਉੱਥੇ ਜ਼ਬਰਦਸਤੀ ਚੱਕ ਕੇ ਉਹਨਾਂ ਜਬਰ ਜਨਾਹ ਕੀਤਾ ਗਿਆ। ਸਿੰਘ ਸਾਹਿਬ ਸ਼੍ਰੀ ਅਕਾਲ ਤਖਤ ਸਾਹਿਬ ਉੱਥੇ ਗਏ ਵੀ ਸੀਗੇ, ਉਹਨਾਂ ਨੇ ਇੱਕ ਹਫ਼ਤੇ ਦਾ ਅਲਟੀਮੇਟਮ ਵੀ ਦਿੱਤਾ ਵੀ ਉਹਦੀ ਕਾਨੂੰਨੀ ਬਣਦੀ ਕਾਰਵਾਈ ਜਿੰਨੇ ਵੀ ਉਹਦੇ ਵਿੱਚ ਸ਼ਾਮਿਲ ਆ ਉਹ ਸਾਰੇ ਫੜੇ ਜਾਣ। ਸਮੁੱਚੀ ਸੰਗਤ ਨੂੰ ਨਿਮਰਤਾ ਸਹਿਤ ਬੇਨਤੀ ਕਰਦਾ, ਸਿੱਖ ਭਾਈਚਾਰੇ ਨੂੰ ਸਮੁੱਚੇ ਨੂੰ, ਕਿ 4 ਤੋਂ 6 ਤਰੀਕ ਤੱਕ ਆਪਣੇ ਗੁਰਦੁਆਰੇ ਸਾਹਿਬਾਨਾਂ ਦੇ ਵਿੱਚ ਵੱਧ ਤੋਂ ਵੱਧ ਪਵਿੱਤਰ ਗੁਰਬਾਣੀ ਗਾਇਣ ਕਰਨ, ਅਰਦਾਸਾਂ ਬੇਨਤੀਆਂ ਸਹਿਜ ਪਾਠ ਜਾਂ ਅਖੰਡ ਪਾਠਾਂ ਦੇ ਰੂਪ ਦੇ ਵਿੱਚ, ਅਤੇ ਕਾਲੀਆਂ ਦਸਤਾਰਾਂ ਅਤੇ ਜਿਹੜੇ ਕਾਲੇ ਦੁਪੱਟੇ ਆ ਉਹ ਸਾਰੇ ਬੀਬੀਆਂ ਕਾਲੇ ਦੁਪੱਟੇ ਲੈਣ ਅਤੇ ਜਿੰਨੇ ਵੀਰ ਆ ਉਹ ਸਾਰੇ ਕਾਲੀਆਂ ਦਸਤਾਰਾਂ ਸਜਾਉਣ। ਕਿਉਂਕਿ ਇਹ ਕੋਈ ਸੋਗ ਨਹੀਂ ਗਾ, ਇੱਕ ਮਾਰਕ ਆਫ ਪ੍ਰੋਟੈਸਟ ਆ। ਸੋ ਇਹ ਅਕਾਲ ਤਖ਼ਤ ਵੱਲੋਂ ਲਿਖਿਆ ਗਿਆ, ਸੋ ਸਾਰੀ ਸੰਗਤ ਇਹਨੂੰ ਫੋਲੋ ਕਰੇ। ਜੂਨ 1984 ਘੱਲੂਘਾਰਾ ਸ਼ਹੀਦੀ ਹਫ਼ਤੇ ਦੇ ਚੱਲਦਿਆਂ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਵੱਲੋਂ ਇਹ ਅਪੀਲ ਕੀਤੀ ਗਈ ਹੈ ਕਿ ਇਹਨਾਂ ਦਿਹਾੜਿਆਂ ਪ੍ਰਤੀ ਸਿੱਖ ਭਾਵਨਾਵਾਂ ਦੇ ਮੱਦੇਨਜ਼ਰ 4 ਜੂਨ ਨੂੰ ਲੋਕ ਸਭਾ ਚੋਣਾਂ ਦੇ ਨਤੀਜਿਆਂ ਮਗਰੋਂ ਜਿੱਤਣ ਵਾਲੇ ਉਮੀਦਵਾਰ ਢੋਲ ਢਮੱਕੇ ਨਾਲ ਜਾਂ ਸਪੀਕਰ ਲਗਾ ਕੇ ਖੁਸ਼ੀ ਦਾ ਜਸ਼ਨ ਬਿਲਕੁਲ ਨਾ ਮਨਾਉਣ। ਉਹਨਾਂ ਕਿਹਾ ਕਿ ਇਸ ਦਿਨ ਜਿੱਤਣ ਵਾਲੇ ਉਮੀਦਵਾਰ ਗੁਰੂ ਘਰ ਨਤਮਸਤਕ ਹੋ ਕੇ ਗੁਰੂ ਸਾਹਿਬ ਦਾ ਸ਼ੁਕਰਾਨਾ ਜ਼ਰੂਰ ਕਰਨ। ਗੁਰੂ ਰੂਪ, ਗੁਰੂ ਖਾਲਸਾ, ਸਤਿ ਸੰਗਤ ਜੀਓ। ਹਿੰਦੁਸਤਾਨ ਦੇ ਵਿੱਚ ਪਾਰਲੀਮੈਂਟ ਦੀਆਂ ਚੋਣਾਂ ਹੋਈਆਂ ਔਰ 4 ਜੂਨ ਨੂੰ ਇਹਨਾਂ ਚੋਣਾਂ ਦਾ ਰਿਜ਼ਲਟ ਆਉਣਾ ਹੈ ਔਰ ਸਮੁੱਚੇ ਸੰਸਾਰ ਵਿੱਚ ਵਸਦਾ ਹੋਇਆ ਸਿੱਖ ਜਗਤ ਜੂਨ ਦਾ ਜਿਹੜਾ ਪਹਿਲਾ ਹਫ਼ਤਾ ਇਹਨੂੰ ਸ਼ਹੀਦੀ ਹਫ਼ਤੇ ਦੇ ਨਾਂ ਹੇਠ ਮਨਾਉਂਦਾ ਔਰ ਬਹੁਤ ਭਾਰੀ ਚੀਜ਼ ਆਪਣੇ ਹਿਰਦੇ ਤੇ ਮਹਿਸੂਸ ਕਰਦਾ ਕਿਉਂਕਿ 1984 ਵਿੱਚ ਜੂਨ ਦਾ ਪਹਿਲਾ ਹਫ਼ਤਾ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੇ ਭਾਰਤੀ ਹਕੂਮਤ ਵੱਲੋਂ ਟੈਂਕਾਂ ਤੋਪਾਂ ਦੇ ਨਾਲ ਹਮਲਾ ਕਰਕੇ ਬਹੁਤ ਭਾਰੀ ਬੇਅਦਬੀ ਕੀਤੀ ਗਈ। ਹਜ਼ਾਰਾਂ ਸਿੰਘਣੀਆਂ ਨੇ ਸ਼ਹਾਦਤਾਂ ਪ੍ਰਾਪਤ ਕੀਤੀਆਂ। ਉਨ੍ਹਾਂ ਨੂੰ ਸਮੁੱਚੇ ਸੰਸਾਰ ਵਿਚ ਵਸਦਾ ਹੋਇਆ ਸਿੱਖ ਜਗਤ ਸ਼ਰਧਾ ਔਰ ਸਤਿਕਾਰ ਭੇਟ ਕਰਦਾ ਔਰ ਬੜੀ ਦਰਦ ਨਾਲ ਬੜੀ ਚੀਜ਼ ਨਾਲ ਇਸ ਪਹਿਲੇ ਹਫ਼ਤੇ ਨੂੰ ਸਮੁੱਚਾ ਸਿੱਖ ਜਗਤ ਮਨਾਉਂਦਾ ਔਰ ਜੂਨ 1984 ਦੇ ਇਸ ਘੱਲੂਘਾਰੇ ਨੂੰ ਤੀਜੇ ਘੱਲੂਘਾਰੇ ਦਾ ਨਾਂ ਜਿਹੜਾ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਤੋਂ ਦਿੱਤਾ ਗਿਆ। ਅਪੀਲ ਕੀਤੀ ਜਾਂਦੀ ਹੈ ਕਿ 4 ਜੂਨ ਨੂੰ ਜਿਹੜੇ ਉਮੀਦਵਾਰ ਜੇਤੂ ਨਿਕਲਣ
ਜੇਤੂ ਐਲਾਨ ਹੋਣ, ਉਹ ਢੋਲ ਢਮੱਕੇ ਆਦਿ ਨਾਲ ਕਿਸੇ ਪ੍ਰਕਾਰ ਦਾ ਖੁਸ਼ੀ ਦਾ ਜਸ਼ਨ ਜਿਹੜਾ ਉਹ ਬਿਲਕੁਲ ਨਾ ਕਰਨ, ਸਤਿਗੁਰਾਂ ਦੇ ਚਰਨਾਂ ਵਿਚ ਹਾਜ਼ਰ ਹੋ ਕੇ ਗੁਰੂ ਸਾਹਿਬ ਦਾ ਸ਼ੁਕਰਾਨਾ ਤੇ ਜ਼ਰੂਰ ਕਰਨ, ਪਰ ਕਿਸੇ ਪ੍ਰਕਾਰ ਦਾ ਕੋਈ ਜਸ਼ਨ ਉਹ ਖੁਸ਼ੀਆਂ ਮਨਾ ਕੇ ਢੋਲ ਢਮੱਕੇ ਦੇ ਨਾਲ ਜਾਂ ਸਪੀਕਰ ਲਾ ਲਾ ਕੇ ਬਿਲਕੁਲ ਨਾ ਕਰਨ। ਸਰਦਾਰ ਸਿਮਰਨਜੀਤ ਸਿੰਘ ਮਾਨ MP ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ 4 ਜੂਨ ਤੋਂ ਲੈ ਕੇ 6 ਜੂਨ ਦੇ ਸਿੱਖ ਕੌਮ ਦੇ ਅਤਿ ਸੰਜੀਦਗੀ ਤੇ ਸੋਗ ਵਾਲੇ ਦਿਹਾੜਿਆਂ ਉੱਤੇ ਚੋਣ ਨਤੀਜਿਆਂ ਨੂੰ ਲੈ ਕੇ ਕਿਸੇ ਤਰ੍ਹਾਂ ਦੀ ਖੁਸ਼ੀ ਮਨਾਉਣ, ਭੰਗੜੇ ਪਾਉਣ ਜਾਂ ਢੋਲ ਢਮੱਕਾ ਨਾ ਕਰਨ ਦੀ ਸਮੁੱਚੀ ਪਾਰਟੀਆਂ, ਉਮੀਦਵਾਰਾਂ ਤੇ ਸਰਕਾਰ ਨੂੰ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਸਿੱਖ ਕੌਮ ਇਨ੍ਹਾਂ ਦਿਨਾਂ ਵਿੱਚ ਬੀਬੀਆਂ ਗੁਰੂ ਘਰਾਂ ਵਿੱਚ ਜਾ ਕੇ ਜਾਪ ਸਾਹਿਬ, ਸੁਖਮਨੀ ਸਾਹਿਬ ਦੇ ਪਾਠ ਕਰਦੀਆਂ ਹਨ ਅਤੇ ਆਪਣੇ ਸ਼ਹੀਦਾਂ ਦੀ ਆਤਮਾ ਦੀ ਸ਼ਾਂਤੀ ਲਈ ਅਰਦਾਸ ਕਰਦੀਆਂ ਹਨ। ਇਸ ਲਈ ਮੁਲਕ ਵਿੱਚ ਵਸਣ ਵਾਲੇ ਕਿਸੇ ਵੀ ਲੀਡਰ ਜਾਂ ਸਿਆਸੀ ਆਗੂਆਂ ਨੂੰ ਚੋਣ ਨਤੀਜਿਆਂ ਉਪਰੰਤ ਕੋਈ ਵੀ ਅਜਿਹਾ ਅਮਲ ਨਹੀਂ ਕਰਨਾ ਚਾਹੀਦਾ ਜਿਸ ਨਾਲ ਸਿੱਖ ਕੌਮ ਦੇ ਮਨ ਆਤਮਾ ਨੂੰ ਦੁੱਖ ਪਹੁੰਚੇ ਅਤੇ ਉਹਨਾਂ ਨੂੰ ਬਿਨਾਂ ਵਜ੍ਹਾ ਚਿੜਾਉਣ ਦੀ ਕਾਰਵਾਈ ਹੋਵੇ। ਜੇਕਰ ਕਿਸੇ ਪਾਰਟੀ ਜਾਂ ਆਗੂ ਨੇ ਅਜਿਹਾ ਕਰਨ ਦੀ ਗੁਸਤਾਖੀ ਕੀਤੀ ਤਾਂ ਸਿੱਖ ਕੌਮ ਕਤਈ ਬਰਦਾਸ਼ਤ ਨਹੀਂ ਕਰੇਗੀ। ਇਸ ਵਿਸ਼ੇ ਉੱਤੇ ਉਹਨਾਂ ਨੇ ਸੈਂਟਰ ਤੇ ਪੰਜਾਬ ਦੀਆਂ ਸਰਕਾਰਾਂ ਨੂੰ ਵੀ ਖਬਰਦਾਰ ਰਹਿਣ ਲਈ ਉਚੇਚੇ ਤੌਰ ਤੇ ਕਿਹਾ। ਉਹਨਾਂ ਕਿਹਾ ਕਿ ਮਾਹੌਲ ਨੂੰ ਅਮਨਮਈ ਅਤੇ ਸੰਤੁਲਨ ਪੂਰਵਕ ਰੱਖਣ ਲਈ ਇਹ ਜ਼ਰੂਰੀ ਹੈ ਕਿ ਸਰਕਾਰਾਂ, ਪਾਰਟੀਆਂ ਅਤੇ ਉਮੀਦਵਾਰ ਮੌਕੇ ਦੀ ਨਜ਼ਾਕਤ ਨੂੰ ਪਹਿਚਾਣਦੇ ਅਤੇ ਸਮਝਦੇ ਹੋਏ ਅਜਿਹਾ ਕੋਈ ਅਮਲ ਨਾ ਕਰਨ ਜਿਸ ਨਾਲ ਮਾਹੌਲ ਵੀ ਸਫੋਟਕ ਬਣੇ। ਉਹਨਾਂ ਇਹ ਵੀ ਕਿਹਾ ਕਿ ਸ਼ਹੀਦ ਕਿਸੇ ਪਰਿਵਾਰ ਜਾਂ ਕਿਸੇ ਸੰਸਥਾ ਦੇ ਨਹੀਂ ਹੁੰਦੇ ਬਲਕਿ ਉਹ ਸਮੁੱਚੀ ਕੌਮ ਦੇ ਹੁੰਦੇ ਹਨ ਅਤੇ ਸ਼ਹੀਦਾਂ ਦੇ ਦਿਹਾੜੇ ਜਾਂ ਅਰਦਾਸ ਹਮੇਸ਼ਾ ਸਮੂਹਿਕ ਤੌਰ 'ਤੇ ਖਾਲਸਾ ਪੰਥ ਦੇ ਮਹਾਨ ਤਖ਼ਤ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਮਹਾਨ ਅਸਥਾਨ ਤੋਂ ਨਿਰੰਤਰ ਹੁੰਦੀ ਆ ਰਹੀ ਹੈ ਅਤੇ ਉਸੇ ਅਸਥਾਨ 'ਤੇ ਇਹ ਅਰਦਾਸ ਸਮਾਗਮ ਸਮੂਹਿਕ ਤੌਰ 'ਤੇ ਹੋਣਾ ਚਾਹੀਦਾ ਹੈ। ਪਰ ਦੁੱਖ ਅਤੇ ਅਫਸੋਸ ਦੀ ਗੱਲ ਹੈ ਕਿ ਦਮਦਮੀ ਟਕਸਾਲ ਚੌਂਕ ਮਹਿਤਾ ਵੱਲੋਂ ਸ਼੍ਰੀ ਅਕਾਲ ਤਖ਼ਤ ਸਾਹਿਬ ਦੀ ਮਹਾਨ ਸੰਸਥਾ ਦਾ ਅਪਮਾਨ ਕਰਦੇ ਹੋਏ ਜੋ ਚੌਂਕ ਮਹਿਤਾ ਵਿਖੇ ਵੱਖਰੇ ਪ੍ਰੋਗਰਾਮ ਕੀਤੇ ਜਾ ਰਹੇ ਹਨ ਅਤੇ GT ਰੋਡ ਉੱਤੇ ਇਸ ਸੰਬੰਧੀ ਫਲੈਕਸ ਲਗਾਏ ਗਏ ਹਨ, ਉਹਨਾਂ ਨੂੰ ਖਾਲਸਾ ਪੰਥ ਦੇ ਵਡੇਰੇ ਹਿੱਤਾਂ ਅਤੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੀ ਮਹਾਨਤਾ ਨੂੰ ਮੁੱਖ ਰੱਖਦੇ ਹੋਏ ਇਹ ਪ੍ਰੋਗਰਾਮ ਸ਼੍ਰੀ ਅਕਾਲ ਤਖ਼ਤ ਸਾਹਿਬ ਉੱਤੇ ਮਨਾਉਣ ਦੇ ਸੰਦੇਸ਼ ਦੇਣੇ ਚਾਹੀਦੇ ਹਨ ਅਤੇ ਨਾਲ ਹੀ ਲਗਾਏ ਗਏ ਫਲੈਕਸਾਂ ਨੂੰ ਉਤਾਰ ਦੇਣਾ ਚਾਹੀਦਾ ਹੈ ਤਾਂ ਕਿ ਸਮੁੱਚੀ ਕੌਮ ਸਮੂਹਿਕ ਤੌਰ 'ਤੇ ਸ਼੍ਰੀ ਅਕਾਲ ਤਖ਼ਤ ਸਾਹਿਬ 'ਤੇ ਹੁੰਦੀ ਆ ਰਹੀ ਅਰਦਾਸ ਵਿੱਚ ਸ਼ਾਮਿਲ ਹੋ ਸਕੇ। ਉਹਨਾਂ ਸਮੁੱਚੇ ਖਾਲਸਾ ਪੰਥ ਨੂੰ ਇਹ ਸੰਜੀਦਾ ਅਪੀਲ ਵੀ ਕੀਤੀ ਕਿ ਕੌਮੀ ਮਰਿਆਦਾਵਾਂ ਅਤੇ ਸੋਚ 'ਤੇ ਪਹਿਰਾ ਦਿੰਦੇ ਹੋਏ 6 ਜੂਨ ਨੂੰ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਮਹਾਨ ਸਥਾਨ 'ਤੇ ਪਹੁੰਚ ਕੇ ਸ਼ਹੀਦਾਂ ਦੀ ਹੋਣ ਵਾਲੀ ਅਰਦਾਸ ਵਿੱਚ ਹਰ ਮਾਈ ਭਾਈ ਗੁਰਸਿੱਖ ਆਤਮਿਕ ਅਤੇ ਸਰੀਰਕ ਤੌਰ 'ਤੇ ਹਾਜ਼ਰੀ ਲਗਵਾ ਕੇ ਅਰਦਾਸ ਦੀ ਮਹੱਤਤਾ ਨੂੰ ਕੌਮਾਂਤਰੀ ਪੱਧਰ 'ਤੇ ਵਧਾਉਣ ਵਿੱਚ ਯੋਗਦਾਨ ਪਾਵੇ। ਘੱਲੂਘਾਰਾ ਜੂਨ 1984 ਦੀ 40ਵੀਂ ਬਰਸੀ ਮੌਕੇ ਕਾਨਪੁਰ ਦੀਆਂ ਸਿੱਖ ਸੰਗਤਾਂ ਵੱਲੋਂ ਸ਼ਾਂਤੀ ਮਾਰਚ ਕੱਢਿਆ ਗਿਆ। ਇਹ ਸ਼ਾਂਤੀ ਮਾਰਚ ਐਤਵਾਰ ਸ਼ਾਮ ਨੂੰ ਗੁਰਦੁਆਰਾ ਮਾਤਾ ਗੁਜਰੀ ਜੀ ਲੇਬਰ ਕਲੋਨੀ ਤੋਂ ਸ਼ੁਰੂ ਹੋਇਆ। ਇਹ ਮਾਰਚ ਨਟਰਾਜ ਸਿਨੇਮਾ ਬਾਟਾ ਚੌਂਕ ਅਤੇ ਗੋਵਿੰਦ ਨਗਰ ਥਾਣੇ ਤੋਂ ਹੁੰਦਾ ਹੋਇਆ ਚਾਵਲਾ ਮਾਰਕੀਟ ਚੁਰਾਹੇ ਪਹੁੰਚ ਕੇ ਸਮਾਪਤ ਹੋਇਆ। ਇੱਥੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਸ਼ਾਂਤੀ ਮਾਰਚ ਵਿੱਚ ਸਾਰੇ ਸਿੱਖਾਂ ਨੇ ਕਾਲੀਆਂ ਪੱਗਾਂ ਬੰਨੀਆਂ ਹੋਈਆਂ ਸਨ ਅਤੇ ਸਿੱਖ ਬੀਬੀਆਂ ਨੇ ਕਾਲੇ ਰੁਮਾਲ ਅਤੇ ਬਾਹਾਂ ਉੱਤੇ ਕਾਲੀਆਂ ਪੱਟੀਆਂ ਬੰਨੀਆਂ ਹੋਈਆਂ ਸਨ। ਸਿੱਖ ਸੰਗਤਾਂ ਵੱਲੋਂ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰਦਿਆਂ ਇਹ ਸ਼ਾਂਤੀ ਮਾਰਚ ਸਮਾਪਤ ਹੋਇਆ। ਪਾਕਿਸਤਾਨ ਦੀ ਇੱਕ ਅਦਾਲਤ ਨੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਅਤੇ ਉਹਨਾਂ ਦੇ ਪਾਰਟੀ ਦੇ ਹੋਰ ਪ੍ਰਮੁੱਖ ਨੇਤਾਵਾਂ ਨੂੰ ਭ੍ਰਿਸ਼ਟਾਚਾਰ ਦੇ ਕਥਿਤ ਮਾਮਲੇ ਵਿੱਚ ਗ੍ਰਿਫਤਾਰੀ ਤੋਂ ਬਾਅਦ 2022 ਵਿੱਚ ਇੱਕ ਰੋਸ ਮਾਰਚ ਦੌਰਾਨ ਭੰਨਤੋੜ ਨਾਲ ਸੰਬੰਧਿਤ 2 ਮਾਮਲਿਆਂ ਵਿੱਚ ਬਰੀ ਕਰ ਦਿੱਤਾ। 71 ਸਾਲਾ ਪਾਕਿਸਤਾਨ ਤਹਿਰੀਕ ਇਨਸਾਫ਼ ਪਾਰਟੀ ਦੇ ਸੰਸਥਾਪਕ ਨੂੰ ਅਪ੍ਰੈਲ 2022 ਵਿੱਚ ਅਹੁਦੇ ਤੋਂ ਹਟਾਏ ਜਾਣ ਤੋਂ ਬਾਅਦ ਉਹਨਾਂ 'ਤੇ ਲਗਾਏ ਗਏ ਲਗਭਗ 200 ਮਾਮਲਿਆਂ ਵਿੱਚ ਦੋਸ਼ੀ ਠਹਿਰਾਏ ਜਾਣ ਤੋਂ ਬਾਅਦ ਪਿਛਲੇ ਸਾਲ ਅਗਸਤ ਤੋਂ ਜੇਲ੍ਹ ਵਿੱਚ ਹਨ। ਮਿਲੀ ਜਾਣਕਾਰੀ ਮੁਤਾਬਕ ਇਸਲਾਮਾਬਾਦ ਦੀ ਜ਼ਿਲ੍ਹਾ ਅਤੇ ਸੈਸ਼ਨ ਅਦਾਲਤ ਨੇ ਖਾਨ, ਸਾਬਕਾ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ, ਸਾਬਕਾ ਸੰਚਾਰ ਮੰਤਰੀ ਮੁਰਾਦ ਸਈਦ ਅਤੇ ਹੋਰ PTI ਨੇਤਾਵਾਂ ਨੂੰ ਹਕੀਕੀ ਆਜ਼ਾਦੀ ਮਾਰਚ ਦੌਰਾਨ ਭੰਨਤੋੜ ਦੇ 2 ਮਾਮਲਿਆਂ ਵਿੱਚ ਬਰੀ ਕਰ ਦਿੱਤਾ ਹੈ।